ਸਾਰੇ ਮਹੀਨਾਵਾਰ ਟੈਕ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ ਔਰ ਗੈਜਟ ਗੁਰੂ ਆਕਾਸ਼ ਸਬਲੋਕ ਵੱਖ ਵੱਖ ਇਲੈਕਟ੍ਰੋਨਿਕ ਯੰਤਰ ਅਤੇ ਹੋਰ ਸਾਜੋ ਸਮਾਨ ਲੈ ਕੇ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਕੀ ਹਾਲ ਚਾਲ ਜੀ ਤੁਹਾਡੇ ਹਾਲ ਹੈ ਬਹੁਤ ਵਧੀਆ ਜੀ ਸਮਰ ਆ ਗਈ ਹੈ ਜੀ ਸਮਰ ਤਾਂ ਆ ਗਈ ਹੈ ਯੈਸ ਫਾਈਨਲੀ ਵੈਂਕੂਵਰ ਵਿੱਚ ਆ ਗਈ ਹੈ ਬਿਲਕੁਲ ਜੀ ਇੰਨੀ ਧੁੱਪ ਚੜਦੀ ਪਈ ਹੈ ਅੱਜ ਦੇ ਮੈਨੂੰ ਲੱਗਦਾ ਜਿਹੜੀ ਆਈਟਮਸ ਵੀ ਨੇ ਵੀ ਕੋਈ ਸਮਰ ਨਾਲ ਮਿਲਦੀਆਂ ਜੁਲਦੀਆਂ ਨੇ ਜੀ ਸਮਰ ਵਿੱਚ ਹੈਗਾ ਥੋੜੇ ਟਰੈਵਲ ਆਈਟਮਸ ਵੀ ਹੈਗੇ ਆ ਸੋ ਸ਼ੁਰੂ ਕਰਦੇ ਹਾਂ ਜੀ ਹਾਂਜੀ ਸ਼ੁਰੂ ਕਰਦੇ ਹਾਂ ਹਨੀਵੈਲ ਦਾ ਏਅਰ ਪਿਊਰੀਫਾਇਰ 5 ਉਹਨੂੰ ਕਹਿੰਦੇ ਸੀਰੀਜ਼ 5 ਹੈਗਾ ਸੋ ਨਾਟ ਓਨਲੀ ਕਿ ਉਹ ਫਿਲਟਰ ਕਰਦਾ ਬਟ ਏਅਰ ਹੈਂਡਲਿੰਗ ਹੈਗੀ ਹੈ ਪਰ ਮੋਸਟ ਇੰਪੋਰਟੈਂਟ ਥਿੰਗ ਹੈ ਜਿਹੜੀ ਇਹਦੀ ਫਿਲਟਰ ਹੈਗਾ ਸੋ ਹੈਪਾ ਫਿਲਟਰ ਹੈਗਾ 99.9% ਜਿਹੜੀ ਡਸਟ ਹੈਗੀ ਉਹ ਨਿਕਾਲ ਦਿੰਦੀ ਹੈ ਛੋਟੇ ਛੋਟੇ ਵੀ ਡਸਟ ਜਿਹੜੇ ਪਾਰਟੀਕਲਸ ਹੈਗੇ ਉਹ ਨਿਕਾਲਦਾ ਏਅਰ ਦੇ ਵਿੱਚੋਂ ਇਹਦਾ ਮਤਲਬ ਕਿ ਬੱਚਿਆਂ ਲਈ ਤਾਂ ਬਹੁਤ ਵਧੀਆ ਜੀ ਹਾਂਜੀ ਸੋ ਕਾਫੀ ਵੱਡਾ ਕਮਰਾ ਤੇ ਬਿਗਿਨ 400 ਸਕੁਆਇਰ ਫੁੱਟ ਤੋਂ ਕਰ ਲੇਗਾ 15 ਮਿੰਟ ਵਿੱਚ ਕੀ ਬਾਤ ਆ ਜੀ ਬਹੁਤ ਵਧੀਆ ਆ ਪਿੱਲੋ ਆ ਕਿ ਕੀ ਹੈ ਜੀ ਦੱਸੋ ਸਾਰਾ ਕੁਝ ਹੈਗਾ ਸੋ ਐ ਮੈਂ ਬਾਹਰ ਕੱਢੇ ਬਿਕਾਜ਼ ਤੁਸੀਂ ਥੋੜਾ ਹਾਰਡ ਹੈਗਾ ਨੂੰ ਡੈਮੋਸਟ੍ਰੇਟ ਕਰਨ ਲਈ ਪਰ ਟਰੈਵਲ ਰਸਤੇ ਹੈਗਾ ਸੋ ਇੱਕ ਪਿੱਲੋ ਹੈਗਾ ਬਲੈਂਕਟ ਹੈਗੀ ਹੈ ਥੱਲੇ ਪਿੱਛੇ ਸਪੋਰਟ ਹੈਗੇ ਜਦੋਂ ਤੁਸੀਂ ਪਲੇਨ ਵਿੱਚ ਜਾਂਦੇ ਹੋ ਐਂਡ ਫਿਰ ਉਹ ਇਸ ਤਰ੍ਹਾਂ ਦੇਖੋ ਦੇਖੋ ਕਿੰਨਾ ਛੋਟਾ ਜਿਹਾ ਪੈਕ ਵਿੱਚ ਫੋਲਡ ਹੋ ਜਾਂਦਾ ਕੀ ਬਾਤ ਹੈ ਸੋ ਟਰੈਵਲ ਵਾਸਤੇ ਦਾ ਬੈਸਟ ਹੈਗਾ ਟਰੈਵਲ ਕਿੱਟ ਹੀ ਸਮਝ ਲਓ ਹਾਂਜੀ ਠੀਕ ਹੈ ਜੀ ਆ ਮਿਲਦਾ ਤੇ ਬੱਚਿਆਂ ਦਾ ਕੁਝ ਲੱਗਦਾ ਜੀ ਆ ਬੱਚਿਆਂ ਦਾ ਟੋਏ ਹੈਗਾ ਟੋਏ ਕੰਪਨੀ ਹੈਗੀ ਹੈ ਟੀ ਓ ਟੀ ਵਾਈ ਏ ਥੋੜਾ ਡਿਫਰੈਂਟ ਸਪੈਲਿੰਗ ਹੈਗੀ ਹੈ ਪਰ ਇਹਦੇ ਵਿੱਚ ਦੇਖੋ ਛੋਟੇ ਬੱਚਿਆਂ ਵਾਸਤੇ ਬਣੇ ਹੋਏ ਆ ਸੋ ਤੁਸੀਂ ਇਹਦੇ ਨਾਲ ਖੇਡ ਸਕਦੇ ਹੋ ਇਹ ਦੇਖੋ ਹਾਰਟ ਬੀਟ ਹੈਗੀ ਹੈ ਉਹ ਅੱਖਾਂ ਵਗੈਰਾ ਡਰਾ ਕਰ ਸਕਦੇ ਹੋ ਤੁਸੀਂ ਕੁਝ ਵੀ ਇਹਦੇ ਤੇ ਕਰ ਸਕਦੇ ਹੋ ਇਹ ਆਵਾਜ਼ ਵੀ ਕੱਢਦਾ ਜੀ ਆਵਾਜ਼ ਵੀ ਕੱਢਦਾ ਤੇ ਤੁਸੀਂ ਮਿਊਜ਼ਿਕ ਵੀ ਕਰ ਸਕਦੇ ਹੋ ਓ ਵਾਓ ਬਟ ਇਹਦੇ ਵਿੱਚ ਖਾਸ ਕੀ ਪਤਾ ਕੀ ਹੈਗਾ ਇਹਦੇ ਵਿੱਚ ਮੈਂ ਦਿਖਾਉਣਾ ਤੁਹਾਨੂੰ ਵੱਡੇ ਬੱਚੇ ਵਾਸਤੇ ਵੀ ਕੀ ਬਾਤ ਹੈ ਜੀ ਆਈਪੈਡ ਹੈਗਾ ਇਹਦੇ ਵਿੱਚ ਜੰਤਰ ਮੰਤਰ ਜੀ ਤੇ ਮੈਜਿਕ ਹੀ ਹੋ ਗਿਆ ਹਾਂਜੀ ਸੋ ਇਹਦੇ ਨਾਲ ਤੁਸੀਂ ਰੈਗੂਲਰ ਆਈਪੈਡ ਹੈਗਾ ਤੁਸੀਂ ਗੇਮ ਖੇਡੋ ਕੁਝ ਵੀ ਕਰ ਸਕਦੇ ਹੋ ਠੀਕ ਹੈ ਜੀ ਬੱਚੇ ਵੀ ਖੇਡਣ ਤੇ ਵੱਡੇ ਵੀ ਖੇਡਣ ਹਾਂਜੀ ਯਾ ਆਲ ਫਾਰ ਵਨ ਹਾਂਜੀ ਇਧਰ ਆਈ ਜੀ ਮੈਂ ਬਲੂਟੁੱਥ ਹੈ ਛੋਟਾ ਜਿਹਾ ਸੋ ਹਾਂਜੀ ਸੋ ਸੈਨਹਾਜ਼ਰ ਦੇ ਤੁਸੀਂ ਦੇਖੋ ਕਾਫੀ ਚੰਗੇ ਸਪੀਕਰ ਹੈਗੇ ਹੈੱਡਫੋਨਸ ਬਣਾਉਂਦੇ ਆ ਇਹ ਬਲੂਟੁੱਥ ਹੈਗਾ ਸੋ ਇਹ VMX 200 ਯੂਨਿਟ ਹੈਗਾ ਕਾਫੀ ਛੋਟਾ ਹੈਗਾ ਹੁਣ ਇਹਦੇ ਵਿੱਚ ਕੀ ਹੈਗਾ ਕਿ ਇਸ ਸਾਈਡ ਤੇ ਐਂਡ ਇਸ ਸਾਈਡ ਤੇ ਵੀ ਦੋ ਮਾਈਕ੍ਰੋਫੋਨ ਹੈਗੇ ਆ ਸੋ ਕੀ ਹੈਗਾ ਜਿਹੜਾ ਬਾਕੀ ਬਾਹਰ ਜਿਹੜਾ ਵਾਲਾ ਨੋਇਜ਼ ਹੈਗਾ ਸੋ ਜੇ ਟ੍ਰੈਫਿਕ ਤੇ ਨੋਇਜ਼ ਹੈਗਾ ਜਾਂ ਤੁਸੀਂ ਕੋਈ ਕਾਨਸਰਟ ਤੇ ਹੈਗੇ ਹੋ ਤੁਸੀਂ ਫਿਰ ਵੀ ਜਿਹੜੀ ਇਨਸਾਈਡ ਆਵਾਜ਼ ਹੈਗੀ ਜਿਹੜੇ ਕਾਲਰ ਹੈਗਾ ਉਹਨੂੰ ਸੁਣ ਸਕਦੇ ਹੋ ਤੁਸੀਂ ਇਹ ਬੜੀ ਆਮ ਪ੍ਰੋਬਲਮ ਆ ਜੀ ਕਿੰਦੇ ਆਵਾਜ਼ ਨਹੀਂ ਸੁਣਦੀ ਜੀ ਐਗਜ਼ੈਕਟਲੀ ਸੋ ਜਿਹੜੇ ਆਊਟਸਾਈਡ ਨੋਇਜ਼ ਹੈਗੇ ਉਹਨੂੰ ਕੈਂਸਲ ਕਰ ਦਿੰਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜੀ ਇਹਦੀ ਇਹ ਛੋਟਾ ਜਰਸਲ ਦਾ ਮਿੰਨੀ ਚਾਰਜਰ ਹੈਗਾ ਤੁਸੀਂ ਦੇਖੋ ਇੱਥੇ ਸਾਈਡ ਤੇ ਇੱਕ ਪਲੱਗ ਹੈਗਾ ਤੁਸੀਂ ਇਹਦੇ ਨਾਲ ਚਾਰਜ ਕਰਦੇ ਹੋ ਐਂਡ ਜਦੋਂ ਤੁਹਾਨੂੰ ਪਾਵਰ ਚਾਹੀਦੀ ਹੈ ਤੁਸੀਂ ਇਹਨੂੰ ਬਾਹਰ ਕਰ ਸਕਦੇ ਹੋ ਫੋਲਡ ਕਰਦੇ ਹੋ ਬਾਹਰ ਕਰ ਲਓ ਤੁਸੀਂ ਪਾਵਰ ਇਹਦੇ ਨਾਲ ਹੀ ਚਾਰਜ ਕਰ ਸਕਦੇ ਹੋ ਠੀਕ ਹੈ ਜੀ ਸੋ ਐਕਸਟਰਾ ਪੋਰਟੇਬਲ ਬੈਟਰੀ ਬੈਂਡ ਸੋ ਤੁਸੀਂ ਕੈਂਪਿੰਗ ਜਾ ਰਹੇ ਹੋ ਜਾਂ ਤੁਸੀਂ ਬੀਚ ਤੇ ਜਾ ਰਹੇ ਹੋ ਜਿੱਥੇ ਵੀ ਤੁਸੀਂ ਆਇਓ ਤੁਹਾਨੂੰ ਐਕਸਟਰਾ ਪਾਵਰ ਮਿਲ ਜਾਂਦੀ ਹੈ ਬੈਕਅਪ ਪਲਾਨ ਜੀ ਹਾਂਜੀ ਠੀਕ ਹੈ ਜੀ ਆ ਕੀ ਹੈ ਜੀ ਤੇ ਮੈਨੂੰ ਲੱਗਾ ਸੋ ਅਗੇਨ ਟਰੈਵਲ ਦੇ ਤੁਸੀਂ ਮੈਂ ਤਾਂ ਸ਼ੇਵ ਕਰਦਾ ਟਰੈਵਲ ਦੇ ਵਿੱਚ ਰਾਈਟ ਸੋ ਕੀ ਹੈਗਾ ਐ ਫਿਲਿਪਸ ਦਾ ਆਲ ਇਨ ਵਨ ਸ਼ੇਵਰ ਹੈਗਾ ਸੋ ਇਸ ਸਾਈਡ ਤੇ ਨਾਈਸ ਸ਼ੇਵਰ ਹੈਗਾ ਕਾਫੀ ਸੋਹਣਾ ਹੈਗਾ ਪਰ ਇਸ ਸਾਈਡ ਤੇ ਤੁਸੀਂ ਦੇਖੋ ਟ੍ਰਿਮਰ ਵੀ ਹੈਗਾ ਕੀ ਬਾਤ ਹੈ ਜੀ 2-in-1 ਆ ਜੀ 2-in-1 ਹੈਗਾ ਸੋ ਐਂਡ ਜਿਹੜਾ ਸਟੈਂਡ ਹੈਗੀ ਹੈ ਉਹ ਵੀ ਜਦੋਂ ਤੁਸੀਂ ਟਰੈਵਲ ਕਰਦੇ ਹੋ ਫੋਲਡ ਹੋ ਜਾਂਦੀ ਹੈ ਈਜ਼ਲੀ ਉਹ ਟਰੈਵਲ ਪੈਕ ਦੇ ਵਿੱਚ ਫਿੱਟ ਹੋ ਜਾਂਦੀ ਹੈ ਫਿੱਟ ਹੋ ਜਾਂਦੀ ਹੈ ਠੀਕ ਹੈ ਜੀ ਅੱਜ ਜਿਸ ਟਰੈਵਲ ਦਾ ਹੀ ਮਾਲ ਆ ਜੀ ਸਾਰਾ ਯਾ ਓ ਯਾ ਠੀਕ ਹੈ ਜੀ ਆਪਣੀ ਅਗਲੀ ਆਈਟਮ ਕਿੱਧਰ ਚੱਲੀਏ ਜੀ ਆਪਾਂ ਇਹ ਥੋੜੇ ਘਰ ਦੇ ਵਾਸਤੇ ਹੈਗਾ ਠੀਕ ਹੈ ਜੀ ਬਟ ਫਨ ਹੈਗਾ ਤਾਂ ਮੈਂ ਲੈ ਕੇ ਆਇਆ ਸਵਾਨ ਦਾ ਡੋਰਬੈਲ ਕਿੱਟ ਹੈਗੇ ਓਕੇ ਸੋ ਦੋ ਪੀਸ ਹੈਗੇ ਦੋਨੋਂ ਬੈਟਰੀ ਤੇ ਚੱਲ ਜਾਏ ਹੁਣ ਇਹਦੇ ਵਿੱਚ ਕਾਫੀ ਬਿਲਟ ਇਨ ਆਵਾਜ਼ ਹੈਗੀ ਹੈ ਦੇਖੋ ਐਂਡ ਤੁਸੀਂ ਚੇਂਜ ਵੀ ਕਰ ਸਕਦੇ ਹੋ ਪਰ ਹੁਣ ਖਾਸ ਕੀ ਹੈਗਾ ਕਿ ਇਹ ਸਟੈਂਡਰਡ ਇਹਦੇ ਨਾਲ ਤਕਰੀਬਨ 15-20 ਆਉਂਦੇ ਆ ਸੌਂਗ ਇਹਦੇ ਸਾਈਡ ਦੇ ਵਿੱਚ ਮੈਂ ਦਿਖਾਉਣਾ ਤਾਂ ਇੱਥੇ USB ਪੋਰਟ ਹੈਗਾ ਇਹਦਾ ਮਤਲਬ ਹੈਗਾ ਜਿਹੜੇ ਤੁਹਾਡੇ ਜਿਹੜੇ ਸੌਂਗ ਹੈਗੇ MP3 ਸੌਂਗਸ ਵਗੈਰਾ ਤੁਸੀਂ ਇਹਦੇ ਤੇ ਪਾ ਸਕਦੇ ਹੋ ਠੀਕ ਹੈ ਜਦੋਂ ਜੋ ਵੀ ਤੁਸੀਂ ਤੁਹਾਡਾ ਫੇਵਰਿਟ ਸੌਂਗ ਹੈਗਾ ਉਹ ਰਿੰਗਟੋਨ ਬਣਾ ਸਕਦੇ ਹੋ ਜਦੋਂ ਤੋਂ ਰਿੰਗ ਆਉਂਦੀ ਹੈ ਜੀ ਤੁਹਾਨੂੰ ਆਪਣਾ ਹੀ ਮਨਪਸੰਦ ਦਾ ਗੀਤ ਕਾਰਡ ਦੇ ਵਿੱਚ ਹਾਂਜੀ ਕਾਰਡ ਦੇ ਡੋਰਬੈਲ ਹੈਗਾ ਠੀਕ ਹੈ ਜੀ ਬਹੁਤ ਵਧੀਆ ਜੀ ਆ ਤੇ ਸਿੰਪਲ ਆਈਫੋਨ ਲੱਗਦਾ ਕੋਈ ਸੋ ਮੇਰਾ ਆਈਫੋਨ 4S ਹੈਗਾ ਕੇਸ ਜਿਹੜਾ ਹੈ ਜੀ ਬਹੁਤ ਵਧੀਆ ਤੁਸੀਂ ਐਗਜ਼ੈਕਟਲੀ ਸੋ ਕੇਸ ਹੈਗਾ ਪਾਵਰ ਸਕਿਨ ਦਾ ਕੇਸ ਹੈਗਾ ਤੁਸੀਂ ਦੇਖੋ ਕਾਫੀ ਛੋਟਾ ਹੈਗਾ ਸੋ ਲੱਗਦਾ ਨਾਈਸ ਜਿਹੜਾ ਬੰਪਰ ਕੇਸ ਹੈਗਾ ਪਰ ਇਹਦੇ ਵਿੱਚ ਖਾਸ ਕੀ ਹੈਗਾ ਕਿ ਉਹ ਐਦੀ ਐਕਚੁਅਲੀ ਇਹਦੇ ਵਿੱਚ ਬੈਟਰੀ ਹੈਗੀ ਹੈ ਸੋ ਆਈਫੋਨ ਨੂੰ ਚਾਰਜ ਕਰਦਾ ਆਟੋਮੈਟਿਕਲੀ ਹਾਂਜੀ ਸੋ ਤੁਸੀਂ ਆਈਫੋਨ ਨੂੰ ਤੁਹਾਡੀ ਜਿਹੜੀ ਬੈਟਰੀ ਲਾਈਫ ਨੋਰਮਲ ਹੈਗੀ ਹੈ ਇਹ ਜਿਹੜੇ ਕੇਸ ਦੇ ਵਿੱਚ ਰੀਚਾਰਜੇਬਲ ਬੈਟਰੀ ਹੈਗੀ ਹੈ ਇਹਦੇ ਵਿੱਚ ਤਕਰੀਬਨ 5 ਘੰਟੇ ਹੋਰ ਤੁਹਾਨੂੰ ਮਿਲ ਜਾਂਦੇ ਅੱਛਾ ਟਾਕ ਟਾਈਮ ਕੀ ਬਾਤ ਹੈ ਕਾਫੀ ਫਰਕ ਹੈ ਇਹ ਤੱਕ 20 ਘੰਟੇ ਤੁਸੀਂ ਉਹ ਸਟੈਂਡ ਬਾਈ ਟਾਈਮ ਮਿਲਦਾ ਹੈ ਫਿਰ ਉਹ ਗੱਲ ਕਿ ਜੇ ਲੌਂਗ ਟਰੈਵਲ ਕਰ ਰਹੇ ਹੋ ਜੀ ਐਗਜ਼ੈਕਟਲੀ ਇਹਨਾਂ ਤੇ ਤੁਸੀਂ ਉਹਨੂੰ ਆਨ ਆਫ ਕਰ ਸਕਦੇ ਹੋ ਐਂਡ ਇਹਤੇ ਚਾਰਜ ਕਰ ਸਕਦੇ ਹੋ ਸੋ ਇਹ ਤੁਸੀਂ ਕੋਈ ਆਈਫੋਨ 4 ਆਈਫੋਨ 4 ਐਸੇ ਕਾਰਡ empowerskin.com ਤੇ ਮਿਲਦੇ ਐਂਡ ਐਪਲ ਸਟੋਰ ਤੇ ਐਂਡ ਆਈਟੂਨਸ ਉਹ ਐਪਲ apple.ca ਤੇ ਵੀ ਮਿਲ ਜਾਂਦੇ ਠੀਕ ਹੈ ਜੀ
ਮੇਰੇ ਖਿਆਲ ਉਹਦੀ ਗੱਲ ਕਰ ਲਈ ਜੀ, ਕੀ ਲੱਗਦਾ ਪ੍ਰਿੰਟਰ ਆ ਕਿ ਸਕੈਨਰ ਆ ਜੀ ਅੱਗੇ ਪਿਆ? ਐਕਚੁਅਲੀ ਸਕੈਨਰ ਹੈਗਾ, ਫੁਜਿਤਸੂ ਦਾ ਸਕੈਨਰ ਹੈਗਾ, ਪੋਰਟੇਬਲ ਸਕੈਨਰ, 1300 ਆਈ ਨਵਾਂ ਮਾਡਲ ਆਇਆ ਹੋਇਆ। ਓਕੇ ਜੀ। ਸੋ ਜੇ ਤੁਸੀਂ ਆਪਣੇ ਕੰਟਰੈਕਟਸ ਵਗੈਰਾ ਜਾਂ ਆਪਣੇ ਘਰ ਦੇ ਵਿੱਚ ਤੁਸੀਂ ਆਪਣੀ ਰੈਸਪੀਜ਼ ਮੈਨਿਊ ਵਗੈਰਾ ਤੁਸੀਂ ਸਕੈਨ ਕਰਨਾ ਚਾਹੁੰਦੇ ਜਾਂ ਜਿਹੜੇ ਪੁਰਾਣੇ ਫੋਟੋਗ੍ਰਾਫ ਹੈਗੇ ਤੁਹਾਡੇ ਕੋਲ, ਤੁਸੀਂ ਉਹਨੂੰ ਸਕੈਨ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ। ਹੁਣ ਇਹਦੇ ਵਿੱਚ ਖਾਸ ਕੀ ਹੈਗੇ, ਜੇ ਸਪੈਸ਼ਲੀ ਜੇ ਤੁਸੀਂ ਟਰੈਵਲ ਕਰ ਰਹੇ ਹੋ, ਉਹ ਸਿਰਫ ਇੱਕ USB ਪੋਰਟ ਦੇ ਨਾਲ ਚੱਲਦਾ ਹੈ। ਓਕੇ। ਸੋ ਇਹਦੇ ਕੋਈ ਸੈਪਰੇਟ ਪਾਵਰ ਸਪਲਾਈ ਨਹੀਂ ਚਾਹੀਦਾ, ਤੁਸੀਂ ਆਪਣੇ ਲੈਪਟਾਪ ਨਾਲ ਕਨੈਕਟ ਕਰ ਸਕਦੇ ਹੋ, ਸਿੱਧਾ ਤੁਸੀਂ ਸਕੈਨਿੰਗ ਸ਼ੁਰੂ ਕਰ ਸਕਦੇ ਹੋ। ਬਹੁਤ ਵਧੀਆ ਜੀ। ਐਂਡ ਕਾਫੀ ਚੇਂਜ ਹੈਗੇ, ਦੋਨੋਂ ਸਾਈਡ ਆਟੋਮੈਟਿਕਲੀ ਕਰ ਦਿੰਦਾ। ਈਜ਼ੀ ਐਂਡ ਨਾਈਸ। ਹਾਂਜੀ ਹਾਂਜੀ। ਇਹ ਕੀ ਸਟੈਂਡ ਜੀ? ਵੇਲ ਟੇਲ ਲੱਗਦੀ ਹੈ। ਬਿਲਕੁਲ। ਵੇਲ ਟੇਲ ਨੂੰ ਕਹਿੰਦੇ ਆਕਟਰ ਦਾ ਵੇਲ ਟੇਲ ਲੱਗੇ ਹੁੰਦੇ ਸੀ। ਦੇਖੋ, ਮੈਂ ਆਈਪੈਡ ਦੇ ਵਿੱਚ 2 ਸੈਕਿੰਡ ਲੱਗਦੇ ਹਨ, ਇਹਦੇ 'ਤੇ ਪਾ ਦਿਉ, 2-3 ਵਾਰੀ ਪੰਪ ਕਰ ਲਓ ਤੁਸੀਂ। ਅੱਛਾ ਜੀ। ਐਂਡ ਸਟੈਂਡ ਬਣ ਜਾਂਦਾ। ਕੀ ਬਾਤ ਹੈ ਜੀ। ਰਾਈਟ ਅਵੇ ਸਕੈਨ, ਉਹ ਸਟੈਂਡ ਬਣ ਗਿਆ। ਠੀਕ ਹੈ ਜੀ। ਸੋ ਪਲੱਗ ਜੀ ਕਿਸਮ ਦਾ। ਯਾ ਐਗਜ਼ੈਕਟਲੀ। ਸੋ ਫਨ ਅਗੇਨ, ਆਟੋਮੈਟਿਕਲੀ ਉਹ ਬਾਹਰ ਆ ਜਾਂਦਾ। ਠੀਕ ਹੈ ਜੀ। ਮੇਰੇ ਕੋਲ ਸਮਾਂ ਥੋੜਾ ਜੀ, ਆਪਾਂ ਇਹਦੀ ਗੱਲ ਕਰ ਲਈਏ ਜੀ, ਕੀ ਹੈ ਜੀ ਇਹਦੇ ਤੇ ਸਿਰ ਦੇ ਸਮਰ ਦੇ ਮਿਊਜ਼ਿਕ ਤੇ ਚਾਹੀਦੀ ਹੈ? ਹਾਂਜੀ ਹਾਂਜੀ। ਰਾਈਟ। ਸੋ ਆਈ ਹੋਮ ਦਾ ਗਲੋ ਟਿਊਨਸ ਟਾਵਰ ਸਟੈਂਡ ਹੈਗਾ, ਮੈਂ ਆਪਣਾ ਆਈਪੋਡ ਉੱਪਰ ਰੱਖੇ ਹੋਏ ਆ। ਠੀਕ ਹੈ ਜੀ। ਐਂਡ ਇਹਦੇ ਵਿੱਚ ਇਹ ਕੀ ਹੈਗਾ ਕਿ ਇੱਕ ਤੇ ਉਹ ਸਾਊਂਡ ਦੇ ਨਾਲ ਮਿਊਜ਼ਿਕ ਉਹ ਲਾਈਟਸ ਵੀ ਚੱਲਦੇ ਆ, ਰਿਮੋਟ ਕੰਟਰੋਲ ਹੈਗਾ, ਐਂਡ ਪਿੱਛੇ ਇਹਦੇ ਕਨੈਕਸ਼ਨ ਹੈਗੇ ਵੀਡੀਓ ਦੇ। ਸੋ ਸੇ ਫਰੈਂਡਸ, ਤੁਹਾਡੇ ਆਈਪੋਡ ਤੇ ਜਾਂ ਆਈਫੋਨ ਤੇ ਤੁਹਾਡੇ ਕੋਲ ਉਹ ਵੀਡੀਓ ਹੈਗਾ, ਤੁਸੀਂ ਇਹਦੇ ਨਾਲ ਟੀਵੀ ਨੂੰ ਕਨੈਕਟ ਕਰ ਸਕਦੇ, ਟੀਵੀ ਦੇ ਉੱਪਰ ਤੁਸੀਂ ਜਿਹੜਾ ਤੁਹਾਡਾ ਵੀਡੀਓ ਹੈਗਾ ਤੁਸੀਂ ਉਹਨੂੰ ਸ਼ੋਅ ਕਰ ਸਕਦੇ ਹੋ। ਛੋਟੇ ਜਿਹੇ ਪੀਸ 'ਚ ਤੁਸੀਂ ਟੀਵੀ 'ਚ ਵੀ ਆਪਣਾ ਨਜ਼ਾਰਾ ਦੇਖ ਸਕਦੇ ਹੋ ਜੀ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ, ਆਈ ਨੋ ਕਿ ਇੱਥੇ ਥੋੜ੍ਹਾ ਜਿਹਾ ਫਰਕ ਨਹੀਂ ਪੈਣਾ, ਪਰ ਜੇ ਇਹਨੂੰ ਤੁਸੀਂ ਇੰਡੀਆ ਵੀ ਲੈ ਕੇ ਜਾ ਸਕਦੇ, ਬਿਕਾਜ਼ ਇਹਦੇ 110-220 ਆਟੋਮੈਟਿਕਲੀ ਬਿਲਟ ਇਨ ਹੈਗਾ। ਓਕੇ ਜੀ। ਕੋਈ ਉੱਥੇ ਮਤਲਬ ਅਡਾਪਟਰ ਲਾਉਣ ਦੀ ਕੁਛ ਨਹੀਂ, ਸਿੱਧਾ ਪਲੱਗ ਇਨ ਕਰ ਸਕਦੇ ਹੋ ਤੁਸੀਂ। ਬਹੁਤ ਵਧੀਆ। ਮੈਂ ਮਿਊਜ਼ਿਕ ਪਲੇ ਕਰਾਂ ਥੋੜ੍ਹਾ? ਪਲੀਜ਼ ਜੀ। ਆਲਰਾਈਟ। ਕਾਫੀ ਲਾਊਡ ਆ ਜਾਂਦਾ। ਲਾਊਡ ਕਾਫੀ ਹੋ ਜਾਂਦਾ ਜੀ। ਯਾ। ਚਲੋ ਠੀਕ ਹੈ ਜੀ, ਇਸੇ ਮਿਊਜ਼ਿਕ ਨਾਲ ਆਪਾਂ ਖਤਮ ਵੀ ਕਰਦੇ ਹਾਂ। ਫੋਰ ਸ਼ੋਰ। ਓਕੇ, ਬਹੁਤ ਸ਼ੁਕਰੀਆ ਤੁਹਾਡਾ ਜਨਾਬ ਯਾਰੀ। ਗੁੱਡ, ਹੈਪੀ ਸਮਰ। ਹੈਪੀ। ਸੋ ਜੀ, ਇਹ ਸੀ ਸਾਡਾ ਅੱਜ ਦਾ ਟੈਕ ਸੈਗਮੈਂਟ। ਇਸ ਸੈਗਮੈਂਟ ਵਿੱਚ ਦਿਖਾਏ ਜਾਂਦੇ ਕਿਸੇ ਵੀ ਗੈਜਟ ਨੂੰ ਖਰੀਦਣ ਤੋਂ ਪਹਿਲਾਂ ਤੁਸੀਂ ਉਸ ਦੀ ਆਪਣੇ ਤੌਰ ਤੇ ਪਰਖ ਜ਼ਰੂਰ ਕਰ ਲਿਆ ਕਰੋ। ਬਹੁਤ ਬਹੁਤ ਸ਼ੁਕਰੀਆ ਜਨਾਬ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ।